में शेतार जी, एक नवा जिनके जी। दोस्तों, दोस्तों आज तारीख हो गई जी इकती सुबह सुबह नोस्तो टाइम है सूरज निकल आया अच दोस्तान कुछ शेयर कर सी बरसीम वगैरह की दोस्तों में क्या उसकी ਕੈਸੀ ਜਮਨੀ ਪਈ ਦੂਸਰਾ ਜਿਹੜੀ ਅਸਾਂ ਗੰਨਾਮ ਕਾਸ਼ਤ ਕੀਤੀ ਉਸਨੇ ਵੀ ਅਸੀਂ ਇੱਕ ਦੋ ਜਗ੍ਹਾ ਮੈਂ ਦੋਸਤਾਂ ਵਕਹਿਸਾਂ ਕਿ ਉਸਦੀ ਜਮਣੀਨੀ ਪੋਜੀਸ਼ਨ ਜਿਹੜੀ ਉਹ ਕੈਸੀ ਹੈ ਤੇ ਰਿਕਵੈਸਟ ਹੀ ਹੈ ਕਿ ਜਿਹੜਾ ਮੈਂ ਚੈਨਲ ਹੈ ਅਦਰ ਵਿਲਡਸ ਮੋਰ ਹਰ ਤੁਸੀਂ ਆ ਗਏ ਤਾਂ ਤੁਸਾਂ ਦਾ ਦੋਸਤਾਂ ਨਾਲ ਸ਼ੇਅਰ ਕਰੋ ਚੈਨਲ ਆ ਸਬਸਕ੍ਰਾਈਬ ਕਰੋ ਵੀਡੀਓ ਪਸੰਦ ਆਵੇ ਤਾਂ ਲਾਈਕ ਕਰ ਦੇਣਾ ਦੋਸਤੋ ਅਸਾਂ ਜਿਹੜੀ ਬਸਵੀਮ ਘਾਹ ਥੋੜੀ ਜੀ ਅਸਾਂ ਕਾਸ਼ਤ ਕੀਤੀ ਜੋਧਰੀ ਔਰ ਬਸਵੀਮ ਇਸ 26 ਤਰੀਕ ਕਾਸ਼ ਕੀਤੀ ਹੋਰ ਅੱਜ 31 ਤਰੀਕ ਹੈ ਤੇ ਬੜੀ ਅੱਛੀ ਇਸਨੀ ਜਮਣੀ ਨੀ ਪੋਜੀਸ਼ਨ ਆਣੀ ਪਈ ਜੀ ਬੜੀ ਅੱਛੀ ਜੰਮੀ ਪਈ ਅੱਲਾ 100% ਤਾਂ ਨਹੀਂ ਜਮੀ ਲਗਨ ਅਸੀਂ ਆਖ ਸਕਦੇ ਹਾਂ ਕਿ 70% ਜਿਹੜੀ ਉਹ ਨਿਕਲ ਚੁੱਕੀ ਤੇ ਉਹ ਦੋਸਤਾਂ ਨਾਲ ਮੈਂ ਸ਼ੇਅਰ ਕਰਨਾ ਬਾਕੀ ਗਨਮੀ ਅਸਾ ਜਿਹੜੀ ਵੀ ਬਿਜਾਈ ਕੀਤੀ ਮੈਂ ਉਹ ਇਨਸ਼ਾ ਅੱਲਾ ਦੋਸਤਾਂ ਨਾਲ ਸ਼ੇਅਰ ਕਰਾਂਗਾ ਨਾ ਵੀ ਅੱਛੀ ਨਿਕਲਣੀ ਰਿਪੋਰਟ ਹੈ ਪਰ ਨਾਣਾ ਲੈਨੇ ਆ ਜ਼ਮੀਨ ਵਿੱਚ ਤੇ ਉੱਥੇ ਉਹ ਵੀ ਮੈਂ ਇਨਸ਼ਾਅੱਲਾ ਦੋਸਤਾਨਾ ਸ਼ੇਅਰ ਕਰ ਰਿਹਾ ਚਾ ਤੇ ਹੁਣ ਇਹ ਦੋਸਤਾਨਾ ਮੈਂ ਸ਼ੇਅਰ ਕਰਣਾ ਜੀ ਇਹ ਦੋਸਤ ਵਾਸਤੇ ਇੱਕ ਭਿੰਡੀ ਨਾ ਕਿਹੜਾ ਲਾਵਾ ਘਰਨੀ ਤਾਜੀ ਸਬਜ਼ੀ ਇਹ ਦੋਸਤ ਵੇਖਣੀ ਮਾਸ਼ਾਅੱਲਾ ਮਾਸ਼ਾਅੱਲਾ ਬੜੀ ਅੱਛੀ ਬਰਸੀਨ ਨਿਕਲਨੀ ਭਈ ਅਲhamdulillah 100% ਤਾਂ ਦੋਸਤੋ ਲੈਨ ਨਹੀਂ ਨਿਕਲੀ ਇਨਸ਼ਾਅੱਲਾ ਦੋ ਤਿੰਨ ਦਿਨ ਮਜ਼ੀਦ ਲੈਸੀ ਕਿਉਂਕਿ ਅੱਜ ਤਕਰੀਬਨ ਇਸਾਂ 5 ਦਿਨ 5 ਦਿਨੇ ਇੱਕ ਦੋ ਦਿਨ ਹੋਰ ਮਜ਼ੀਦ ਕੀ ਸੀ ਚੌਧਰੀ ਜਿਹੜੀ ਜੀ ਉਹ ਹੁਣ ਕਿਸੇ ਕਿਸੇ ਜਗ੍ਹਾ ਤੇ ਕਿਸੇ ਕਿਸੇ ਜਗ੍ਹਾ ਤੇ ਨਜ਼ਰ ਆਣੀ ਪਈ ਐ ਦੋਸਤ ਵੇਖਣ ਜੀ ਦੂਸਰਾ ਪਾਣੀ ਅਸੀਂ ਅਸਾਂ ਦੇ ਚੁੱਕੇ ਕਿਉਂਕਿ ਇੱਕ ਗੱਲ ਜਿਹੜੀ ਜੀ ਦੋਸਤਾਂ ਮੈਂ ਗੱਲ ਥੋੜੀ ਜੀ ਸਮਝਾਣਾ ਕਿ ਇੱਕ ਪਾਣੀ ਜਿਸਲਾ ਅਸੀਂ ਦੇਨੇ ਤੇ ਜ਼ਮੀਨ ਸਖਤ ਹੋਵੈ ਨਹੀਂ ਤੀਸਰੇ ਦਿਨ ਚੌਥੇ ਦਿਨ ਜ਼ਮੀਨ ਖੁਸ਼ਕ ਹੋਣੀ ਤੇ ਉਸ ਵਾਦ ਨਿਕਲ ਨਹੀਂ ਜਿਹੜੀ ਨਾ ਚੀਜ਼ਾਂ ਨਹੀਂ ਪੋਜੀਸ਼ਨ ਹੋਣੀ ਜੀ ਉਹ ਬਹੁਤ ਜ਼ਿਆਦਾ ਜਿਹੜੀ ਉਹ ਡਾਊਨ ਹੋਵੈਦੀ ਤੇ ਇਸ ਵਾਸਤੇ ਚੌਥੇ ਪੰਜਵੇਂ ਦਿਨ ਵਾਦ ਪਾਣੀ ਅਗਰ ਤੁਸੀਂ ਲਾ ਦਿਓ ਤੇ ਉਸੇ ਚੇਨ ਨਾ ਕਿ ਅ ਅੱਛਾ ਇਸ ਤਣ ਜਿਹੜੀ ਜਮਣੀ ਨਹੀਂ ਪੋਜੀਸ਼ਨ ਹੋਣੀ ਜੋਧਰੀ ਜਾਂ ਗੰਦਾਮ ਹੋ ਗਈ ਜਾਂ ਬਰਸੀਮ ਹੋ ਗਈ ਤੇ ਕਿਉਂਕਿ ਜ਼ਮੀਨ ਨਰਮ ਹੋਵੇ ਨਹੀਂ ਤੇ ਉਸੇ ਵਤੀ ਬੜੀ ਅੱਛੀ ਨਿਕਲਨੀ ਜੀ ਇਸ ਵਾਸਤੇ ਅਸਾਂ ਕੱਲ ਦੂਸਰਾ ਪਾਣੀ ਅਸਾਂ ਦੇ ਦਿੱਤੇ ਤੇ ਉਸ ਵਜ੍ਹਾ ਤੋਂ ਇਹ ਅਲਹਮਦੁਲਿਲਾ ਜ਼ਮੀਨ ਹੋ ਨਰਮ ਹੋ ਗਈ ਤੇ ਬੜੀ ਅੱਛੀ ਨਿਕਲਨੀ ਪਈ ਤੇ ਹੁਣ ਦੋਸਤੋ ਮੈਂ ਚਲਣਾ ਜੀ ਬਾਹਰ ਜ਼ਮੀਨ ਦੇ ਵਿੱਚ इंशाल्लाह मैं बाजरा भी दोस्तों कि कितनी बाजरी नहीं ग्रीनरी जी उसकी भी वजह मैं दोस्तों जरूर शेयर करे सी मुर्ग जी अंडे वास्ते आओ जी हूँ चलने बाहर ਸਾਈਕਲ ਤੇ ਵਹਨੇ ਜੀ ਬਾਹਰ ਕਿਉਂਕਿ ਥੋੜਾ ਸਬਜ਼ ਚਾਰਾ ਵੀ ਆਣਾ

ਸੀ ਪਹੁੰਚ ਗਏ ਜੀ ਆਪਣਾ ਬਾਈਰਲੇ ਪਲਾਟ ਇਚ ਜਿੱਥੇ ਅਸਾਂ ਚਾਰਾ ਕਾਸ਼ਤ ਕੀਤਾ ਵਾ ਅੱਛਾ ਇੱਕ ਦੋਸਤਾਂ ਨਾਲ ਮੈਂ ਗੱਲ ਹੋਰ ਸ਼ੇਅਰ ਕਰਨਾ ਜੀ ਇੱਥੇ ਇਸ ਜਗ੍ਹਾ ਨਾਂਅ ਹੈ ਜੀ ਮਾੜੀ ਅਸੀਂ ਸਾ 에ਰੀਆ ਮਾੜੀ ਸਦਨੇ ਜੀ ਔਰ ਨਾਲ ਅਸੀਂ ਸ਼ਹੀਦ ਵੀ ਥੇ ਇਹ ਬਹੁਤ ਵੱਡਾ ਕਬਰਿਸਤਾਨ ਹੈ ਜੀ ਇੱਥੇ ਔਰ ਇਹ ਪੁਰਾਣਾ ਕਬਰਿਸਤਾਨ ਹੈ ਸ਼ਹੀਦਾਂ ਦਾ ਕਬਰਿਸਤਾਨ ਹੈ ਇਤਮਾਈ ਕਬਰਾਂ ਇੱਥੇ ਦੋਸਤੋ ਐਨ दो एक कबर दोस्त देखने पैन कि तंबाई कबर बहुत बड़ी और मुख्तलिफ इतरान जी इस जगह बहुत पुराना ना ई कब्रिस्तान है जी अल्लाह ही बेहतर जान ला किस टाइम ने इन शहीद हो लेकिन है ई कब्रिस्तान मुख्तस जी पुराना मैकमा माल ने रिकॉर्ड भी मौजूद है और बहुत बड़ा कब्रिस्तान है ਤੇ ਹੁਣ ਆ ਗਏ ਜੀ ਬਾਜਰੇ ਨੇ ਪਲਾਟਿਜ ਮੈਂ ਗੱਲ ਦੋਸਤੋ ਨਾ ਕਰੇਣਾ ਕਿ ਇਹ ਬਾਜਰਾ ਜੀ ਅੱਜ ਦੋਸਤੋ ਵੇਖੋ ਕਿ 31 ਤਾਰੀਖ ਹੈ 10ਵੇਂ ਮਹੀਨੇ ਦੀ ਤੇ ਤੁਸੀਂ ਵੇਖੋ ਕਿ ਕਿੰਨੀ ਇਸਨੀ ਗ੍ਰੀਨਰੀ ਕੋਈ ਸਾ ਪਾਣੀ ਨਹੀਂ ਲੱਗਣਾ ਬੇ ਜੀ ਬਰਾਨੀ ਬਾਜਰਾ ਤੇ ਇਸਨੀ ਸਬਜ਼ਾਉਣੇ ਨਹੀਂ ਵਜ੍ਹਾ ਦੋਸਤੋ ਮੈਂ ਅੱਗੇ ਵੀ ਪਿਛਲੇ ਸਾਲ ਵੀ ਮੈਂ ਦੋਸਤੋ ਨਾ ਵੀਡੀਓ ਸ਼ੇਅਰ ਕੀਤੀਆਂ ਕਿ ਸਭ ਲਾਉਣੇ ਨਹੀਂ ਕੀ ਵਜ੍ਹਾ ਜ਼ਿਆਦਾ ਗ੍ਰੀਨਰੀ ਕਿਉਂ ਹੈ ਤੇ ਇਹ ਦੋਸਤੋ ਮੈਂ ਲੇਟ ਕਾਸਟ ਕੀਤਾ ਲੇਟ ਕਾਸਟ ਨਾ ਦੋਸਤੋ ਮਤਲਬ ਇਹ ਹੈ ਬਈ ਤਕਰੀਬਨ ਇਹ ਭਦਰੇ ਨਾ ਮੌਸਮ ਜਿਹੜਾ ਜੀ ਸਾਡਾ ਦੇਸੀ ਮਹੀਨਾ ਉਸ ਵਿੱਚ ਮੈਂ ਇਹ ਕਾਸਟ ਕੀਤਾ 8ਵੇਂ ਮਹੀਨੇ ਚ ਇਸ ਦੀ ਕਾਸ਼ਤ ਹੋਈ ਲੇਟ ਕਾਸ਼ਤ ਕੀਤੀ ਗਈ ਪਹਿਲੇ ਇਸ ਵਿੱਚ ਮੈਂ ਇੱਕ ਦਫਾ ਹਲ ਚਲਾਇਆ ਉਸ ਤੋਂ ਬਾਅਦ ਦੋ ਟਰਾਲੀ ਮੈਂ ਆਪਣਾ ਗੋਬਰ ਦੇਸੀ ਜਿਹੜਾ ਘਰ ਨਾਲ ਗੋਬਰ ਉਹਨਾਂ ਗਾਇਆਂ ਨਾਲ ਉਹ ਇਸੇ ਚ ਸਟਿਆ ਜੀ ਔਰ ਉਸ ਤੋਂ ਬਾਅਦ ਦੁਬਾਰਾ ਹਲ ਚਲਾ ਦਿੱਤਾ ਛੋਟਾ ਉਸ ਤੋਂ ਬਾਅਦ ਅਸਾਂ ਇਸਾਂ ਰਾਜ ਹਲ ਚਲਾਇਆ ਜੀ ਸਾਵਣ ਦੇ ਮਹੀਨੇ ਚ 7ਵੇਂ ਮਹੀਨੇ ਰਾਜ ਹਲ ਚਲਾਇਆ ਔਰ ਰਾਜ ਹਲ ਚਲਾਉਣੇ ਤੋਂ ਬਾਅਦ ਵੱਤ ਇੱਕ ਦਫਾ ਛੋਟਾ ਹਲ ਇਸੇ ਚਲਾਇਆ ਔਰ ਇਸਨੇ 8ਵੇਂ ਮਹੀਨੇ ਚ ਅਸਾਂ ਇਸਾਂ ਕਾਸ਼ਤ ਕਰ ਦਿੱਤਾ इस टोटल हिक बारिश हुई दोस्तों लेकिन अगर मजीद कोई बारिश हिख हो तो इन शाला बहुत ही अच्छा और ही अच्छा तो रवने दोस्त वेखने पैन ले उसने बावजूद के हेक बारिश होने बावजूद सिर्फ तो वी सी नहीं ग्रीनरी इस वास्ते मैं दोस्तों ने आगे गल शेयर पिछले साल भी मैं की थी दो मौसम ऐसे होने जे ਜਿਸ ਵਿੱਚ ਅਸੜਾ ਚਾਰਾ ਜਿਹੜਾ ਜੀ ਜ਼ਮੀਂਦਾਰਾਂ ਨਾਲ ਬਹੁਤ ਘਟ ਹੋਵੇ ਨਾਲ ਇੱਕ ਹੀ ਜਿਹੜਾ ਮੌਸਮ ਹੈ ਜੀ 10ਵੇਂ ਮਹੀਨੇ ਨੂੰ ਤਕਰੀਬਨ 15 ਤਾਰੀਖ ਤੋਂ ਬਾਅਦ ਔਰ ਤਕਰੀਬਨ 12ਵੇਂ ਮਹੀਨੇ ਤੱਕ ਇਹ ਜਿਹੜਾ ਥੋੜਾ ਜਿਹਾ ਮੌਸਮ ਹੈ ਜੀ ਮਹੀਨਾ ਡੇਡ ਜਿਹੜਾ ਇਹ ਮੌਸਮ ਹੈ ਸੜਾ ਇਸ ਵਿੱਚ ਇੱਕ ਬਾਜਰੇ ਨਹੀਂ ਇਸ ਨਹੀਂ ਚਾਰੇ ਨਹੀਂ ਕਮੀ ਹੋਣੀ ਸਭ ਚਾਰਾ ਬਹੁਤ ਘਟ ਹੋਵੇ ਨਾ ਦੂਸਰਾ ਜਿਹੜਾ ਮੌਸਮ ਹੋਣਾ ਉਹ ਦੋਸਤੋ ਜਿਸ ਨਾਲ ਸਣੀਆਂ ਕਣਕਾਂ ਕਟਾਈ ਦਾ ਮੌਸਮ ਆਣਾ ਤੇ ਉਸ ਟਾਈਮ ਤੇ ਅਸਰ ਕੋ ਚਾਰਾ ਕੰਮ ਹੋਣਾ ਤੇ ਉਸ ਵਾਸਤੇ ਅਗਰ ਪ੍ਰੀ ਪਲਾਨ ਕੀਤਾ ਵੰਜੇ ਸਹੀ ਕੋਈ ਮਸਲਾ ਨਹੀਂ ਬਣਨਾ ਇਸ ਹੀ ਜਿਹੜਾ ਮੌਸਮ ਹੋਣਾ ਜੀ ਇਸ ਵਾਸਤੇ ਦੋਸਤੋ ਕੀ ਲੇਟ ਕਾਸ਼ਟ ਬਾਜਰਾ ਜੜਾ ਤੁਸੀਂ 8ਵੇਂ ਮਹੀਨੇ ਚ ਜ਼ਰੂਰ ਕਰ ਗਿਨੋ ਤਕਰੀਬਨ 2 ਕਨਾਲ 3 ਕਨਾਲ ਕਰ ਗਿਨੋ ਤੇ ਇਨਸ਼ਾਅੱਲਾ ਇਨਸ਼ਾਅੱਲਾ ਹੀ ਤੁਸਾਂ ਨਾ ਬਿਹਤਰੀਨ ਇੱਕ ਮਹੀਨਾ ਜੜਾ ਹੋ ਤੁਸਾਂ ਨਾ ਗੁਜ਼ਰ ਸਕਣਾ ਔਰ ਬਿਲਕੁਲ ਗ੍ਰੀਨਰੀ ਰਾਸੀ ਬਾਜਰੀ ਨਹੀਂ ਸਬਜ਼ ਰਾਸੀ ਤੇ ਦੂਸਰਾ ਜਿਹੜਾ ਮੌਸਮ ਹੋਣਾ ਉਸੇ ਚ थोड़ा जा टाइम त जिसल सरसों सड़ी खत्म होनिया चार तो उस टाइम पर असं भी इंजार इस तरह प्लान करके थोड़ा सी बाजरा काश्त करके ना या मकई काश्त करके ना तो कोई मसला नहीं बनना तो इन दोस्त गल इनशाला मैं जीडिया जरूर शेयर करना चाहना जेड जमींदार बिराव उन्होंने चैनल जरूर वेखन तो इन शाला उस फायदा उस इस इत प्लाट जी जो मैं पहले प्रकाश किया अपना गंदम ये अजीज ही हैं जी उन्होंने प्लाट ए, गंदम कितनी अच्छी आ, निकली जी माशाल्लाह माशाल्लाह बाहर सरसों ना फेरा एक मारा मारा गया जी और गंदम नहीं बड़ी अच्छी निकलने की पोजीशन है ਹੁਣ ਅਮ ਆਪਣੇ ਪਲਾਟੇ ਚ ਵੀ ਵਹਿਣਾ ਦੋਸਤਾਂ ਨਾਲ ਸ਼ੇਅਰ ਕਰਨਾ ਪਲਾਟ ਆਪਣਾ ਗੰਨਮ ਇਹ ਦੂਸਰਾ ਪਲਾਟ ਜੀ ਆਪਨਾ ਨਜ਼ਦੀਕ ਹੀ ਇਸਨਾ ਵੀਂਝਾ ਸਰ੍ਹਸੋਂ ਨਾ ਫੇਰਾ ਬਾਹਰ ਮਾਰਾ ਗਿਆ ਔਰ ਵਿੱਚ ਗੰਨਮ ਨਹੀਂ ਬਿਜਾਈ ਹੋਈ ਪਈ ਬੜੀ ਅੱਛੀ ਬਿਜਾਈ ਹੋਈ ਹੋਈ ਜੀ ਵੀ ਨਿਕਲਣੇ ਦੀ ਪੋਜੀਸ਼ਨ ਬਹੁਤ ਹੀ ਅੱਛੀ ਗੰਨਮ ਨਹੀਂ ਹੁਣ ਆਪਣਾ ਪਲਾਟ ਮੈਂ ਦੋਸਤਾਂ ਨਾਲ ਸ਼ੇਅਰ ਕਰਨਾ ਹੈ ਅੱਛਾ ਇਹ ਸਰ੍ਹਸੋਨਾ ਜਿਹੜਾ ਫੇਰਾ ਦੋਸਤੋ ਮਾਰਾ ਗਿਆ ਇਹ ਸਵਸਤ ਮਾਰਾ ਗਿਆ ਕਿ ਜਿਸ ਟਾਈਮ ਕਟਾਈ ਦਾ ਮੌਸਮ ਆਣਾ ਤੇ ਉਸ ਟਾਈਮ ਤੇ ਮਲਕੋ ਕੇ ਆਈਕਲ ਮਸ਼ੀਨ ਨਾਲ ਕਟਾਈ ਹੈ ਸਾਰੀ ਜਿਹੜਾ ਫਰੰਟ ਆਈਪਰ ਬਾਈਂਡਰ ਹੈ ਉਸ ਨਾਲ ਹੀ ਕਟਾਈ ਹੋਣੀ ਤੇ ਇਸ ਵਾਸਤੇ ਈ ਜਗ੍ਹਾ ਵਾਸ ਖਾਲੀ ਹੋਵੇਨੀ ਤੇ ਬਾਹਰ ਗੰਨਮ ਨਹੀਂ ਅਸਾਂ ਜ਼ਰੂਰਤ ਨਹੀਂ ਪੋਣੀ ਕਟਾਈ ਕਰਨੀ ਤੇ ਨਾਲ ਇਹ ਥੋੜਾ ਜਲਦੀ ਇਨਸ਼ਾਅੱਲਾ 15-20 ਦਿਨ ਤੱਕ ਇਸ ਦਾ ਸਬਜ਼ ਚਾਰਾ ਜਿਹੜਾ ਜੂ ਇਨਸ਼ਾਅੱਲਾ ਉਹ ਵੀ ਚੱਲ ਵੈਸੀ ਤੇ ਇਹਨ ਹਰ ਬੰਦਾ ਆਪਣੀ ਹਰ ਬੰਦ ਜ਼ਮੀਨਦਾਰ ਇੱਕ ਆਪਣੀ ਟਿਪਸ ਕਰੇਣਾ ਤੇ ਇਹ ਆਪਣਾ ਪਲਾਟ ਜੀ ਦੋਸਤ ਵੇਖਣੇ ਪੈਣ अल्हम्दुलिल्लाह अल्हम्दुलिल्लाह बहुत ही अच्छी गन्ना मिस्त्री में निकलनी पोजीशन जे उन दो प्लाट अगे मैं दोस्त दिखाएं उन भी मैं ही काश्त की देन यानी कि गन्ना मैं ही उसे बीजी और सेम कंडीशन है दोस्त देखने पे इस गन्ना में तकरीबन जी ई जड़ी मैं इसने काश्त की थी ये की थी लगभग 17 18 तारीख 17-18 ਤਾਰੀਖ 10ਵੇਂ ਮਹੀਨੇ ਨਹੀਂ ਜੀ ਇਹ ਮੈਂ ਕਾਸ਼ ਕੀਤੀ ਔਰ ਅਲਹਮਦੁਲਿਲਾ ਅਲਹਮਦੁਲਿਲਾ ਕਿ ਬਹੁਤ ਹੀ ਅੱਛੀ ਗੰਨਮ ਨਿਕਲੀ ਇੱਕ ਗੱਲ ਹੋਰ ਜਿਹੜੀ ਦੋਸਤੋ ਕੇ ਦੋਸਤ ਕੁਝ ਦੋਸਤ ਇਹ ਆਖਣ ਕਿ ਜੀ 7-8 ਦਿਨ 9 ਦਿਨ 9-10 ਦਿਨ ਵਿੱਚ ਗੰਨਮ ਨਿਕਲ ਆਂਦੀ ਮੁਕੰਮਲ ਲੇਕਿਨ ਮੈਂ ਇਹ ਗੱਲ ਆਖਣਾ ਕਿ 9-10 ਦਿਨ ਵਿੱਚ ਨਿਕਲ ਜ਼ਰੂਰ ਆਨੀ ਤਕਰੀਬਨ 70% 80% ਗੰਨਮ ਨਿਕਲ ਆਨੀ ਲੇਕਿਨ हंड्रेड परसेंट असी जी लक्षा वह नहीं निकलनी आ, क्योंकि दोस्ता मैं कुछ वेखा ना कुछ तीले जेडे हूँ भी निकलने पे सन यह दोस्त वेखन जी कि ये यून तीला यानी कि दोहरा हो के आया अलग हो के इस निकलिया और ये ना एक दू दिन चाहिए निकलिया और भी कई ऐसे तीले होने जड़े निकले बाद दोस्त गंदम जी मैं, मैं ये तजुर्बा कि गन्नम तकरीबन भी दिन मतलब मुख्तलिफ सूरत निकल रही कोई ना कोई यानी जानी पंज सत परसेंट जी गंदन निकलने पोजिशन लेट निकल नहीं रही जितने वतर कमजोर होना जी उस जगह से भी गंदम थोड़ी गन्नम थ लेट जरूर निकलनी बहनी सीडी ये ये दरख्त भी है इसकी वजह तो साइड की वजह तो गन्नम नहीं निकली हुई लेकिन इंशाल्लाह कुछ ना कुछ निकल नहीं पाई ਔਰ ਵੈਸੇ ਵੀ ਜਿਹੜਾ ਬਾਹਰ ਨਹੀਂ ਸਾਈਡ ਹੋਣੀ ਜੀ ਥੋੜਾ ਇਸ ਵਿੱਚ ਦੋ ਤਰੇ ਹੋੜੀ ਨ ਫਰਕ ਜ਼ਰੂਰ ਬਣਾਣੀ ਹੈ ਰੀਆ ਜਿਹੜਾ ਤੇ ਉਸ ਵਿੱਚ ਥੋੜਾ ਵੱਤਰ ਨਹੀਂ ਪੋਜੀਸ਼ਨ ਉਂ ਤਾਂ ਵੱਤਰ ਹੈ ਸੈਂਟਰ ਇਹ ਤਾਂ ਬਾਕੀ ਸਾਰੇ ਵੱਤਰ ਅੱਛੇ ਹੈ ਲੇਕਿਨ ਬਾਹਰ ਇੱਕ ਦੋ ਹੋੜੀਆਂ ਨਾ ਮਸਲਾ ਜਿਹੜਾ ਉਹ ਜ਼ਰੂਰ ਟਿਕਾਣਾ ਮੈਂ ਕਿ ਜਿਹੜੀ ਗੱਲ ਤੁਸਤਾ ਨਾਲ ਪੇ ਕਰਨਾ ਹੈ ਕੰਗਨਮ ਲੈਣੇ ਨਹੀਂ ਇਹਨੋਂ ਜਿਹੜੀ ਗੰਨਾ ਵੀ ਜਿਹੜੀ ਕੰਗਨਮ ਨਿਕਲੀ ਹੋਈ ਜੀ ਇਹ 2-3 ਦਿਨਾਂ ਨਹੀਂ ਨਿਕਲੀ ਹੋਈ ਜਾਂ ਐਵੇਂ ਦੋਸਤ ਵੇਖਣ ਇਹ 1-2 ਦਿਨਾਂ ਨਹੀਂ ਜਿਹੜਾ ਪੀਲਾ ਐਵੇਂ ਜੀ ਪੀਲੇ ਦਾ ਕਲਰ ਹੈ ਇਹ 1-2 ਦਿਨਾਂ ਵਿੱਚ ਨਿਕਲੀ ਹੋਈ ਲੇਟ ਨਿਕਲਨੀ ਪਈ ਇਹ ਸਿਰਫ ਬੱਤਾ ਥੋੜਾ ਜਿਹੜਾ ਬਾਹਰ ਕਮਜ਼ੋਰ ਹੈ ਜੀ ਉਸ ਵਜ੍ਹਾ ਤੋਂ ਬਾਕੀ ਅੰਦਰ ਨਹੀਂ ਜਿਹੜੀ ਹੈ ਕੰਡੀਸ਼ਨ ਉਹ ਬਹੁਤ ਹੀ ਅੱਛੀ ਇਹ ਅਲhamdulillah ਇਹ 8-10 ਦਿਨ ਤੋਂ ਬਾਅਦ ਬਿਲਕੁਲ ਪੂਰੀ ਜਗ੍ਹਾ ਸਬਜ਼ ਕਰ ਗਈ ਸੀ ਔਰ ਅੱਲਾ ਪਾਕ ਹੁਣ ਆਪਣਾ ਖਸੂਸੀ ਕਰਮ ਕਰੇ ਤੇ بارش ਹੋ ਵਜੇ ਤੇ ਜੀ ਵਤ ਇੱਕ ਆਪਣਾ ਹੀ ਇੱਕ ਇਹ ਕਣਕਾਂ ਦਾ ਨਜ਼ਾਰਾ ਹੋਵੇ ਸੀ ਲੇਕਿਨ ਜੀ ਦੋਸਤ ਵੇਖਨੇ ਪੈਣ ਔਰ ਦੋਸਤ ਆਪਣੇ ਕਮੈਂਟਸ ਵਿੱਚ ਜ਼ਰੂਰ ਦੱਸਣਾ ਕਿ ਕਣਕਨੀ ਜਮਣੀ ਦੀ ਪੋਜੀਸ਼ਨ ਕੈਸੀ ਹੈ ਬਹੁਤ ਹੀ ਅੱਛੀ ਜਸੜੇ ਸਾਹਮਣੇ ਮੁਤਾਬਕ ਬਹੁਤ ਹੀ ਅੱਛੀ ਐ ਦੋਸਤਾਂ ਮੈਂ ਟੀਲੇ ਵੀ ਵਿਖਾ ਦੇਣਾ ਅੱਛਾ ਇਹ ਦੋਸਤਾਂ ਕੁਝ ਜ਼ਿਆਦਾ ਮੈਂ ਅੱਗੇ ਵੀਡੀਓ ਨਹੀਂ ਜਿਸ ਤਰ੍ਹਾਂ ਕਣਕ ਗੰਨਮ ਬਿਜਾਈ ਕੀਤੀ ਨਾ ਜ਼ਿਆਦੀ ਗੱਲਬਾਤ ਕਰ ਸਕਿਆ ਇਹ ਬੀਜ ਜਿਹੜੀ ਰਖਣਨੀ ਪੋਜੀਸ਼ਨ ਹੈ ਜੀ ਇਹ ਤਕਰੀਬਨ 8.5 ਚਹਾ ਯਾਨੀ ਕਿ ਅਸੀਂ ਕਿਲੋ ਚਾਹ ਗਰ ਵਜ਼ਨ ਕਰਾਂ ਤਕਰੀਬਨ 51 52 ਕਿਲੋ ਫੀ ਏਕੜ ਅਸਾਂ 2 ਵਿਗੇ ਤੇ ਤਕਰੀਬਨ 52 ਕਿਲੋ 54 ਕਿਲੋ ਅਸਾਂ ਹੀ ਬੀਜ ਰੱਖਿਆ ਯਾ ਦੇਸੀ ਅਗਰ ਅਸੀਂ ਗੱਲ ਕਰਾਂ ਚਹਾ ਟੋਪਾ ਵੀ ਆਖਣੇ ਨੂੰ ਕੁਝ ਏਰੀਆ ਵਿੱਚ ਤੇ ਉਹ ਅਸਾਂ ਇਸੇ ਤਕਰੀਬਨ 8.5 ਚਹਾ ਵਿਗਾ 4 ਕਨਾਲ ਦਾ ਸਾਈ ਰੱਖਿਆ ਕਿਲੋ ਵਿੱਚ ਤਕਰੀਬਨ 55 60 ਕਿਲੋ 2 ਵਜੇ ਤੇ 3 ਕਿਲੋ ਆਗੈ ਨੂੰ 5 ਤੋਂ 3 ਕਿਲੋ 4 ਕਨਾਲਾਂ ਤੇ ਅਸਾਂ ਬੀਜ ਨਹੀਂ ਸ਼ਰਾਸ ਇਸ ਤਰ੍ਹਾਂ ਰੱਖੀ ਤੇ ਇਹ ਪਹਿਲੇ ਪਲਾਟ ਹੈ ਜੀ ਜਿਹੜੇ ਮੈਂ ਕਾਸ਼ਤ ਕੀਤਨ ਇਨਸ਼ਾਅੱਲਾ ਇਨਸ਼ਾਅੱਲਾ ਮੈਂ ਰੋਜ਼ਾਨਾ ਕੱਲ ਅੱਲਾ ਖੈਰੀਅਤ ਕੀਤੀ ਤੇ ਜੀ ਦੂਸਰਾ ਪਲਾਟ ਵੀ ਖੈਸਾਂ ਕੱਲ ਕੱਲ ਜਿਹੜਾ ਪਲਾਟ ਖੈਸਾਂ ਦੋਸਤੋਨਾ ਉਹ ਇੱਕ ਸਪੈਸ਼ਲ ਬੀਜ ਮੈਂ ਇਨਸ਼ਾਅੱਲਾ ਜਿਹੜਾ ਆਂਦਾ ਔਰ ਉਸ ਵਿੱਚ ਮੈਂ ਉਹ ਦੋਸਤਾਂ ਨਾਲ ਵੀਡੀਓ ਸ਼ੇਅਰ ਕੀਤੀ ਹੋਈ ਕਿ ਟੋਟਲ ਬੀਜ ਜਿਹੜਾ ਜੀ ਉਸ ਵਿੱਚ 12 ਕਿਲੋ ਮੈਂ ਕਾਸ਼ਤ ਕੀਤਾ ਹੈ ਔਰ 24 ਕਿਲੋ ਖਾਦ ਉਸ ਵਿੱਚ ਇਸਤੇਮਾਲ ਕੀਤੀ ਹੈ ਉਹ ਵੀ ਦੋਸਤਾਂ ਨਾਲ ਇਨਸ਼ਾਅੱਲਾ ਸ਼ੇਅਰ ਕਰੇਸਾ ਪੋਜੀਸ਼ਨ ਉਸਨੇ ਵੀ ਵਿਖਾਇਆ ਕਿ ਉਹ ਕਿਹਦਾ ਨਿਕਲਣ ਦੀ ਪੋਜੀਸ਼ਨ ਉਸਤਾ ਉਸਨੇ ਕਿਹਾ ਇਨਸ਼ਾਅੱਲਾ ਵਕਤਨ ਫਵਕਤਨ ਜ਼ਰੂਰ ਦੋਸਤਾਂ ਮੈਂ ਦੱਸਣਾ ਰਸਾ होना तो हूँ तो सब बिरा मंगना जी इजाज़त रिक्वेस्ट यही है नवे दोस्तों के चैनल जरूर सब्सक्राइब करो जी और वीडियो पसंद आवे तो लाइक जरूर करना जी और वीडियो दोस्तों ना ज्यादा तो ज्यादा शेयर करनी हूँ इजाजत अल्लाह हाफिज जी पाकिस्तान जिंदाबाद